ਇਹ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਸਵੀਰਾਂ ਤੁਹਾਡੇ ਸਾਹਮਣੇ ਨੇ 39 ਦਿਨ ਦੀ ਧੀ ਬਣੀ ਦੁਨੀਆ ਦੀ ਸਭ ਤੋਂ ਛੋਟੀ ਡੋਨਰ ਮਾਤਾ ਪਿਤਾ ਦੇ ਹੌਸਲੇ ਨੂੰ ਸਲਾਮ ਕਈਆਂ ਨੂੰ ਦਿੱਤੀ ਨਵੀਂ ਜ਼ਿੰਦਗੀ ਸੋ ਸਭ ਤੋਂ ਪਹਿਲਾਂ ਤਸਵੀਰਾਂ ਉਸ ਬੱਚੀ ਦੀਆਂ ਤੁਸੀਂ ਆਪਣੇ ਫੋਨ ਦੀ ਡਿਸਪਲੇ ਤੇ ਦੇਖ ਸਕਦੇ ਹੋ ਜੀ ਇਹ ਤਸਵੀਰਾਂ ਉਸ ਛੋਟੀ ਜੀ 39 ਦਿਨਾਂ ਦੀ ਡੋਨਰ ਦੀਆਂ ਨੇ ਜਿਸ ਨੇ ਕਈਆਂ ਨੂੰ ਨਵਾਂ ਜੀਵਨ ਦੇ ਦਿੱਤਾ ਨਵੀਂ ਜ਼ਿੰਦਗੀ ਦੇ ਦਿੱਤੀ ਹੈ ਦੋਸਤੋ 39 ਦਿਨਾਂ ਦੀਤੀ ਦੁਨੀਆ ਦੀ ਸਭ ਤੋਂ ਛੋਟੀ ਡੋਨਰ ਆ ਜੀ ਮਾਤਾ ਪਿਤਾ ਦੇ ਹੌਸਲੇ ਨੂੰ ਵੀ ਸਲਾਮ ਆ ਕਈਆਂ ਨੂੰ ਨਵੀਂ ਜ਼ਿੰਦਗੀ ਆ ਜਾਣਕਾਰੀ ਦੇ ਅਨੁਸਾਰ ਨਵੰਬਰ 2020 ਦੇ ਵਿੱਚ ਜਿੱਥੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਸੁਖਬੀਰ ਸਿੰਘ ਜੋ ਕਿ ਖੇਤੀਬਾੜੀ ਵਿਭਾਗ ਦੇ ਵਿੱਚ ਕੰਮ ਕਰਦੇ ਸਨ ਸਕੂਲ ਦੇ ਵਿੱਚ ਸਾਇੰਸ ਅਧਿਆਪਕਾ ਦੇ ਤੌਰ ਤੇ ਤਨਖਤ ਸਨ ਉਹਨਾਂ ਦੀ ਪਤਨੀ ਵੱਲੋਂ ਜਿੱਥੇ ਇੱਕ ਖੂਬਸੂਰਤ ਬੱਚੀ ਨੂੰ ਹਸਪਤਾਲ ਦੇ ਵਿੱਚ ਜਨਮ ਦਿੱਤਾ ਗਿਆ ਉੱਥੇ ਹੀ ਆਬਾਤ ਕੌਰ ਸੰਦੂ ਦੇ ਪਰਿਵਾਰ ਵਿੱਚ ਆਉਂਦੇ ਹੀ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਦੱਸਿਆ ਪਰ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਬੇਟੀ ਦੇ ਬ੍ਰੇਨ ਦੀ ਹਾਲਤ ਠੀਕ ਨਹੀਂ ਉਹ ਬਦੇਰੇ ਸਮਾਂ ਨਹੀਂ ਜੀ ਸਕਦੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਆਪਸੀ ਸਹਿਮਤੀ ਦੇ ਨਾਲ ਆਪਣੀ ਧੀ ਨੂੰ ਦੁਨੀਆ ਦੇ ਵਿੱਚ ਜਿਉਂਦੇ ਰੱਖਣ ਵਾਸਤੇ ਆਜ਼ਾਦੀ ਕੁਲਾਟੀਏ ਨਾਨੇ ਦੀ ਪ੍ਰੇਰਣਾ ਸਦਕਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਮਾਸੂਮ ਬੱਚੀ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਤਾਂ ਜੋ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ ਬੱਚੀ ਪੀਜੀਆਈ ਵਿੱਚ ਸਭ ਤੋਂ ਛੋਟੀ ਉਮਰ ਦੀ ਡੋਨਰ ਬਣ ਗਈ ਪਰਿਵਾਰ ਨੂੰ ਵੀ ਆਪਣੀ ਧੀ ਦੇ ਉੱਪਰ ਮਾਣ ਮਹਿਸੂਸ ਹੋ ਰਿਹਾ ਜੀ ਪਰਿਵਾਰ ਦੇ ਵਿੱਚ ਪਤੀ ਪਤਨੀ ਦਾ ਇੱਕ ਬੇਟਾ ਵੀ ਹੈ ਉਸ ਦੀ ਧੀ ਦੀ ਚਾਹਤ ਸੀ ਜਿੱਥੇ ਉਹ ਧੀ ਵੱਲੋਂ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਗਿਆ ਉੱਥੇ ਦੇਸ਼ ਦੀ 75ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਪੀਜੀਆਈ ਵਿੱਚ ਪਿਤਾ ਨੂੰ ਸਨਮਾਨ ਕਰਨ ਦੀ ਬੁਲਾਇਆ ਗਿਆ ਦੱਸਿਆ ਕਿ ਬੇਸ਼ੱਕ ਉਹਨਾਂ ਦੀ ਧੀ ਦੇ ਨਾਲ 39 ਦਿਨ ਬਤਾਏ ਨਹੀਂ ਪਰ ਉਹ ਆਪਣੀ ਧੀ ਦੇ ਉੱਤੇ ਫਖਰ ਮਹਿਸੂਸ ਕਰਦੇ ਨੇ ਧੰਨਵਾਦ